ਬੀਜੇਪੀ ਜਿਹੜੀ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ, ਅੱਜ ਜਦੋਂ ਵੋਟਾਂ ਮੰਗਣ ਲਈ ਲੋਕਾਂ ਵਿੱਚ ਜਾਵੇ ਤਾਂ ਉਹਦਾ ਜਿਹੜਾ ਡਟ ਕੇ ਵਿਰੋਧ ਕਰੋ। ਤੇ ਜਿਹੜੇ ਸਵਾਲ ਹੈ ਬੀਜੇਪੀ ਨੂੰ ਜੋ ਸੰਯੁਕਤ ਮੋਰਚੇ ਨੇ ਸਾਨੂੰ ਸਵਾਲ ਪੁੱਛਣ ਲਈ ਦਿੱਤੇ ਹੈ, ਉਹ ਸਵਾਲ ਅਸੀਂ ਅੱਜ ਪੁੱਛਣ ਲਈ ਇੱਥੇ ਬੀਜੇਪੀ ਦੇ ਲੀਡਰਾਂ ਕੋਲ ਆਏ ਹੈ ਕਿ ਬੇਈਮਾਨੋ ਸਾਡੇ ਸਵਾਲਾਂ ਦਾ ਜਵਾਬ ਦਿਓ। ਤੁਸੀਂ ਕਿਸਾਨਾਂ ਦੇ 700 7.5 ਕਿਸਾਨਾਂ ਦੇ ਛੀ ਖੂਨ ਨਾਲ ਤੁਹਾਡੇ ਜਿਹੜੇ ਹੈ ਹੱਥ ਰੰਗੇ ਹੋਏ ਹੈ। ਜੋ ਪਹਿਲੇ ਬੀਜੇਪੀ ਨੇ ਸਾਡੇ ਨਾਲ ਕਿਸਾਨ ਅੰਦੋਲਨ ਦੇ ਦੌਰਾਨ ਕੀਤੇ ਸੀ, ਮੋਦੀ ਨੇ ਮਾਫ਼ੀ ਮੰਗੀ ਸੀ ਕਿਸਾਨਾਂ ਕੋਲੋਂ, ਪਰ ਉਹ ਵਾਅਦੇ ਜਿਹੜੇ ਅੱਜ 2 ਸਾਲ ਬਾਅਦ ਵੀ ਪੂਰੇ ਨਹੀਂ ਕੀਤੇ ਗਏ। ਸਗੋਂ ਸਾਡੇ ਵੀਰ ਜਿਹੜੇ ਕਿਸਾਨ ਦਿੱਲੀ ਜਾਣ ਲਈ ਹੈ ਉਹਨਾਂ ਦੇ ਰਾਹ ਦੇ ਵਿੱਚ ਕਿੱਲਾ ਗੜਤੀਆਂ ਕੰਧਾਂ ਗੜਤੀਆਂ, 100 ਦਿਨ ਤੋਂ ਜਿਹੜਾ ਕਿਸਾਨ ਹੈ ਉਹ ਬਾਡਰਾਂ ਦੇ ਬੈਠਾ ਹੋਇਆ, ਕੋਈ ਵੀ ਸਰਕਾਰ ਹੈ ਜਿਹੜੀ ਸਾਰ ਨਹੀਂ ਲੈ ਰਹੀ, ਜਿਹਦੇ ਕਰਕੇ ਅੱਜ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਇੱਥੇ ਜਿਨ੍ਹਾਂ ਨਾਲ ਆਰਾ ਏਸੀ ਦੇ ਵਿੱਚ ਬੈਠਣਾ ਉਹਨਾਂ ਨੂੰ ਪੁੱਛਣ ਆਏ ਆ ਕਿ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ, ਫਿਰ ਤੁਸੀਂ ਸਾਡੇ ਪਿੰਡਾਂ 'ਚ ਵੜਿਓ। ਇੱਦਾਂ ਲੋਕਾਂ ਕੋਲੋਂ ਵੋਟਾਂ ਮੰਗਣ ਨੇ ਆਇਓ, ਸੰਯੁਕਤ ਕਿਸਾਨ ਮੋਰਚੇ ਨੇ ਨਾਰਾ ਦਿੱਤਾ ਕਿ ਭਾਜਪਾ ਨੂੰ ਹਰਾਓ ਦੇਸ਼ ਬਚਾਓ ਦੇ ਤਹਿਤ ਅੱਜ ਅਸੀਂ ਆਏ ਆ ਇੱਥੇ। ਦੇਖੋ, ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਹੋਈ ਹੈ ਕਿ ਜਿਹੜੀ ਬੀਜੇਪੀ ਸਰਕਾਰ ਹੈ ਇਹਦੇ ਨੁਮਾਇੰਦੇ ਨੇ ਉਮੀਦਵਾਰ ਚੋਣਾਂ 'ਚ ਖੜ੍ਹੇ ਨੇ, ਉਹਦਾ ਵਿਰੋਧ ਕਰਨ ਦਾ ਸਾਡਾ ਪ੍ਰੋਗਰਾਮ ਹੈ। ਅਤੇ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਇੱਥੇ ਭਾਜਪਾ ਨਾਲ ਸੰਬੰਧਿਤ ਉਮੀਦਵਾਰ ਅਨੰਦਪੁਰ ਸਾਹਿਬ ਆ ਰਿਹਾ, ਉਹਦੇ ਵਿਰੋਧ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ। ਇਹੀ ਭਾਜਪਾ ਸਰਕਾਰ ਹੈ ਜਿਹਨੇ ਕਿਸਾਨਾਂ 'ਤੇ ਜ਼ੁਲਮ ਢਾਇਆ, 740 ਕਿਸਾਨ ਸ਼ਹੀਦ ਕਰ ਦਿੱਤੇ, ਲਗਾਤਾਰ ਗੋਲੀਆਂ ਦਾ ਮੀਂਹ ਵਰਾਇਆ, ਅਥਰੂ ਕਹੇ ਦੇ ਗੋਲੇ ਛੱਡੇ, ਪਾਣੀ ਦੀਆਂ ਵਿਛਾੜਾਂ, ਦਿੱਲੀ ਜਾਣ ਤੋਂ ਰੋਕਣ ਲਈ ਸੜਕਾਂ ਦੇ ਵਿੱਚ ਕਿਲ ਮੇਖਾਂ ਲਾਈਆਂ ਗਈਆਂ, ਇੰਨਾ ਜ਼ਬਰ ਢਾਇਆ। ਉਹਦੇ ਵਿਰੋਧ ਦੇ ਵਿੱਚ ਗੁੱਸਾ ਕਿਸਾਨਾਂ ਦੇ ਵਿੱਚ ਕਿ ਤੁਸੀਂ ਜੋ ਇਲੈਕਸ਼ਨ ਲੜਨ ਆ ਰਹੇ ਹੋ ਤੁਹਾਡਾ ਇਹ ਵਿਰੋਧ ਕਰਾਂਗੇ।
ਕਿਸੇ ਹਾਲਤ 'ਚ ਵੀ ਅਸੀਂ ਤੁਹਾਨੂੰ ਜਿਹੜਾ ਜੇ ਤੁਸੀਂ ਕਿਸਾਨਾਂ ਜਾਣਾ ਚਾਹੋਗੇ ਨਹੀਂ ਜਾਣ ਦੇਵਾਂਗੇ, ਜਿੱਥੇ ਜਾਓਗੇ ਅਸੀਂ ਘਿਰਾਓ ਕਰਾਂਗੇ। ਸਾਡਾ ਫੈਸਲਾ ਕਿਸਾਨਾਂ ਨੂੰ ਕੋਈ ਵੀ ਕਟਵਾਨੀ ਕਰਨੀ ਪਵੇ, ਅੱਜ ਸਾਡਾ ਸਮਾਂ ਆ ਗਿਆ। ਅੱਗੇ ਉਹ ਸਰਕਾਰ ਦਾ ਸਮਾਂ ਸੀ ਜ਼ੁਲਮ ਢਾਣ ਦਾ, ਅੱਜ ਸਰਕਾਰ ਦੇ ਨੁਮਾਇੰਦਿਆਂ ਨੂੰ ਰੋਕਣ ਦਾ ਸਾਡਾ ਸਮਾਂ, ਅਸੀਂ ਸੁਰੱਖਿਅਤ ਸੰਗ ਦਿੱਤੀ। ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਚੱਲ ਰਹੇ ਹੈ, ਪਰ ਜਦੋਂ ਬੀਜੇਪੀ ਦੀ ਸਰਕਾਰ ਸੈਂਟਰ ਦੇ ਵਿੱਚ ਆਈ ਹੈ, ਇਸਨੇ ਸੰਵਿਧਾਨ ਦੀਆਂ ਇਹੋ ਜਿਹੀਆਂ ਧੱਜੀਆਂ ਉਡਾਈਆਂ ਕਿ ਅੱਜ ਆਮ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸੰਘਰਸ਼ ਕਰਨ ਲਈ ਰਾਹ ਨਹੀਂ ਛੱਡਿਆ। ਤੇ ਜਦੋਂ ਦਿੱਲੀ ਜਾ ਰਹੇ ਸੀ ਕਿਸਾਨ, ਤਾਂ ਇਹਨਾਂ ਕਿਸਾਨਾਂ ਦੀਆਂ ਰਾਹਾਂ ਦੇ ਵਿੱਚ ਕਿੱਲ ਗੱਡੇ ਗਏ, ਬੈਰੀਕੇਡ ਲਗਾਏ ਗਏ, ਤੇ ਕਿਸਾਨਾਂ ਦੇ ਉੱਤੇ ਹਥਗੋਲੇ ਆ ਜਿਹੜੇ ਉਹ ਦਾਗੇ ਗਏ, ਸਿੱਧੀਆਂ ਗੋਲੀਆਂ ਸਿਰਾਂ ਵਿੱਚ ਮਾਰੀਆਂ ਗਈਆਂ। ਤੇ ਅੱਜ ਉਹੀ ਕਿਸਾਨ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿਓਗੇ, ਸਾਨੂੰ ਆਪਣਾ ਹੱਕ ਨਹੀਂ ਮੰਗਣ ਦਿਓਗੇ, ਤਾਂ ਅਸੀਂ ਤੁਹਾਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ। ਤੇ ਕਿਸਾਨਾਂ ਨੇ ਕੋਈ ਸਵਾਲ ਰੱਖਿਆ ਕਿ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ, ਫਿਰ ਅਸੀਂ ਤੁਹਾਨੂੰ ਜਿਹੜਾ ਤੁਹਾਡੇ ਪ੍ਰੋਗਰਾਮ ਉਹ ਕਰਨ ਦੇ ਦਿਆਂਗੇ। ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ C2+50% ਦੇ ਉੱਤੇ ਖੇਤੀ ਕਾਨੂੰਨ ਬਣਾਵਾਂਗੇ ਅਤੇ ਖਰੀਦ ਕਰਾਂਗੇ ਕਿਸਾਨਾਂ ਦੀ, ਤੇ ਖੇਤੀ ਕਾਨੂੰਨਾਂ ਦੀ ਗਰੰਟੀ ਕਰਾਂਗੇ। ਤੇ ਉਹਨਾਂ ਤੋਂ ਤੁਸੀਂ ਭੱਜੇ ਹੋ, ਤੇ C2+50% ਦੀ ਖਰੀਦ ਤੋਂ ਵੀ ਤੁਸੀਂ ਭੱਜੇ ਹੋ, ਅਤੇ ਤੁਸੀਂ ਵਾਅਦਾ ਕੀਤਾ ਸੀ ਕਿ ਬਿਜਲੀ ਬਿੱਲ 2020 ਅਸੀਂ ਨਹੀਂ ਲੈ ਕੇ ਆਵਾਂਗੇ। ਤੁਸੀਂ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ, ਤੇ ਉਹ ਵੀ ਕਾਨੂੰਨ ਹੈ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਲਖੀਮਪੁਰ ਖੀਰੀ ਦੇ ਵਿੱਚ, ਜਿਹੜਾ ਅਜੇ ਟੋਨੀ ਮਿਸ਼ਰਾ ਹੈ ਜਿਹਨੇ ਕਿ 4-5 ਲੋਕਾਂ ਨੂੰ ਤੇ ਇੱਕ ਪ੍ਰੈਸ ਵਾਲੇ ਨੂੰ ਸ਼ਰਿਆਂ ਗੱਡੀ ਥੱਲੇ ਦੇ ਕੇ ਕੁਚਲਿਆ, ਤੁਸੀਂ ਉਹਨਾਂ ਨੂੰ ਆਪਣੇ ਮੰਤਰੀ ਮੰਡਲ ਦੇ ਅੰਦਰ ਰੱਖ ਕੇ ਸੁਰੱਖਿਆ ਦਿੱਤੀ ਹੈ, ਤੇ ਫਿਰ ਤੋਂ ਉਸ ਮੰਤਰੀ ਨੂੰ ਜਿਹੜੀ ਟਿੱਡ ਦਿੱਤੀ ਗਈ ਹੈ। ਅਗਰ ਬੀਜੇਪੀ ਸਰਕਾਰ ਇਸੇ ਤਰ੍ਹਾਂ ਜ਼ਬਰ ਕਰਦੀ ਰਹੂਗੀ, ਤਾਂ ਕਿਸਾਨ ਹੈ ਜਿਹੜੇ ਹਰ ਮੋੜ ਤੇ ਹਰ ਪੈਰ ਦੇ ਉੱਤੇ ਉਸਦਾ ਵਿਰੋਧ ਜਿਹੜਾ ਉਹ ਕਰਦੇ ਰਹਿਣਗੇ। ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਵਿਰੋਧ ਕਰਨ ਦਾ ਅਧਿਕਾਰ ਆ, ਹਰ ਇੱਕ ਨੂੰ ਧਰਨਾ ਲਾਉਣ ਦਾ ਅਧਿਕਾਰ ਆ, ਹਰ ਇੱਕ ਨੂੰ ਆਪਣੇ ਮੰਗ ਜਿਹੜੀ ਆ ਉਠਾਉਣ ਦਾ ਅਧਿਕਾਰ ਆ। ਪਰ ਜਿੱਥੇ ਮੰਗ ਉਠਾਉਣ ਦਾ ਅਧਿਕਾਰ ਆ, ਧਰਨਾ ਲਾਉਣ ਦਾ ਅਧਿਕਾਰ ਆ, ਸਵਾਲ ਪੁੱਛਣ ਦਾ ਅਧਿਕਾਰ ਆ, ਜਿਹੜਾ ਸੰਵਿਧਾਨ ਇਹਨਾਂ ਨੂੰ ਇਹ ਚੀਜ਼ਾਂ ਤੋਂ ਜਾਣੂ ਕਰਾਉਂਦਾ ਜਾਂ ਇਹਨਾਂ ਨੂੰ ਅਲਾਓ ਕਰਦਾ, ਉਹ ਸੰਵਿਧਾਨ ਸਾਨੂੰ ਵੀ ਅਲਾਓ ਕਰਦਾ ਕਿ ਤੁਸੀਂ ਆਪਣੇ ਕੰਪੇਨ ਕਰਨ ਵਾਸਤੇ, ਕੈਂਡੀਡੇਟ ਵਾਸਤੇ ਕੰਪੇਨ ਕਰਨ ਵਾਸਤੇ ਪਿੰਡਾਂ 'ਚ ਜਾਓ, ਤੁਸੀਂ ਕੰਪੇਨ ਕਰਨ ਵਾਸਤੇ ਆਪਣੇ ਵਰਕਰਾਂ ਦੀ ਮੀਟਿੰਗਾਂ ਕਰੋ। ਮੈਂ ਸਮਝਦਾ ਕਿ ਜਿਹੜਾ ਇਹ ਵਰਕਰਾਂ ਨੂੰ ਰੋਕਿਆ ਜਾ ਰਿਹਾ, ਇਹ ਇੱਦਾਂ ਨਹੀਂ ਹੋਣਾ ਚਾਹੀਦਾ। ਅਸੀਂ ਵੀ ਆਪਣੇ ਵਰਕਰਾਂ ਨਾਲ ਗੱਲ ਕਰਨੀ ਆ, ਇਹਨਾਂ ਦਾ ਸਵਾਲ ਆਇਆ ਸੀ ਕਿ ਕੈਂਡੀਡੇਟ ਸਵਾਲ ਜਵਾਬ ਕਰਕੇ ਜਾਵੇ। ਅਸੀਂ ਕਿਹਾ ਜੀ ਕੋਈ ਗੱਲ ਨਹੀਂ, ਵਰਕਰ ਮੀਟਿੰਗ ਤੋਂ ਬਾਅਦ ਜੇ ਤੁਸੀਂ ਕੋਈ 10 ਬੰਦੇ ਆਉਂਦੇ ਜੇ ਤੁਹਾਡੀ ਗੱਲ ਕਰਵਾ ਦਿੰਦੇ ਹਾਂ, ਜੇ ਤੁਸੀਂ ਇੱਥੇ ਕਰਨਾ ਚਾਹੁੰਦੇ ਜੇ ਅਸੀਂ ਤੁਹਾਡੀ ਗੱਲ ਕਰਵਾ ਦਿੰਦੇ ਹਾਂ। ਪਰ ਲਾਅ ਐਂਡ ਆਰਡਰ ਤੇ ਮੇਨਟੇਨ ਕਰਕੇ ਰੱਖਣ ਨਾ, ਕਿਸੇ ਨੂੰ ਗੰਦੀਆਂ ਗਾਲਾਂ ਕੱਢਣੀਆਂ, ਪ੍ਰਧਾਨ ਮੰਤਰੀ ਬੀਜੇਪੀ ਦਾ ਨੇ ਦੇਸ਼ ਦਾ ਆ ਉਹਨੂੰ ਗਾਲਾਂ ਕੱਢਣੀਆਂ, ਇਹ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ। ਅਸੀਂ ਤਾਂ ਸਾਡੇ ਭਰਾ ਵਾ, ਸਾਰੇ ਲੋਕਲ ਨੇ, ਇਲੈਕਸ਼ਨ ਮੁੱਕ ਜਾਣੀ ਇੱਥੇ ਰਹਿਣਾ ਵਾ, ਤੇ ਕੋਈ ਲੀਕ ਇੱਦਾਂ ਦੀ ਨਹੀਂ ਖਿੱਚਣੀ ਚਾਹੀਦੀ ਜਿਹਦੇ ਨਾਲ ਸਾਡੇ ਰਿਸ਼ਤੇ ਖਰਾਬ ਹੋਣ। ਬਸ ਕੈਂਡੀਡੇਟ ਆ ਰਹੇ ਨੇ, ਪ੍ਰੋਗਰਾਮ 'ਚ ਆਉਣਗੇ, ਕੈਂਡੀਡੇਟ ਪ੍ਰੋਗਰਾਮ 'ਚ ਪਹੁੰਚੇਗਾ, ਇਹਨਾਂ ਨਾਲ ਵੀ ਬੈਠਾਂਗੇ। ਮੰਤਰੀ ਸਾਹਿਬ ਵੀ ਆ ਰਹੇ ਨੇ ਜੀ? ਮੈਨੂੰ ਇੰਨੀ ਜਾਣਕਾਰੀ ਨਹੀਂ, ਮੈਨੂੰ ਕੈਂਡੀਡੇਟ ਸਾਹਿਬ ਦੀ ਜਾਣਕਾਰੀ ਆ, ਮੰਤਰੀ ਸਾਹਿਬ ਕੈਂਡੀਡੇਟ ਸਾਹਿਬ ਸਾਰੇ ਆ ਰਹੇ ਨੇ।